ਗੁਰਪਤਵੰਤ ਪੰਨੂ ਇਹਨਾਂ ਹਿੰਸਕ ਵਾਰਦਾਤਾਂ ਦੀ ਜ਼ਿੰਮੇਵਾਰੀ ਕਿਉਂ ਲੈ ਰਹੇ ਨੇ? ਹਿੰਸਾ ਦੇ ਨਾਲ ਉਹ ਆਪਣੇ ਆਪ ਨੂੰ ਜੋੜ ਕੇ ਜੋ ਕਿ ਉਹ ਪਹਿਲਾਂ ਉਸ ਤਰੀਕੇ ਦੇ ਨਾਲ ਨਹੀਂ ਜੋੜਿਆ ਕਰਦੇ ਸਨ। ਸੋ ਇਹ ਇੱਕ ਹੈਰਾਨ ਕਰ ਦੇਣ ਵਾਲੇ ਜਿਹੜੀਆਂ ਗੱਲਾਂ ਬਾਤਾਂ ਨੇ। ਗੁਰਪਤਵੰਤ ਪੰਨੂ ਅਜਿਹੀਆਂ ਵੀਡੀਓ ਬਣਾ ਬਣਾ ਕੇ ਕੀ ਕਾਰਨ ਦੇ ਰਹੇ ਨੇ ਜਾਂ ਕਾਰਨ ਪੈਦਾ ਕਰ ਰਹੇ ਨੇ ਕਿ ਉਹਨਾਂ ਦਾ ਨਾਂ ਇਸ ਲਿਸਟ ਵਿੱਚੋਂ ਬਾਹਰ ਕਿਉਂ ਹੈ, ਕਿਤੇ ਨਾ ਕਿਤੇ ਰੈੱਡ ਕਾਰਨਰ ਲਿਸਟ ਦੇ ਵਿੱਚ ਉਹਨਾਂ ਦਾ ਨਾਂ ਆਉਂਦਾ ਕਿਉਂ ਨਹੀਂ ਪਿਆ? ਦੇਖੋ ਜੀ, ਮੁੱਖ ਮੰਤਰੀ ਦੇ ਘਰਾਂ ਦੇ ਨੇੜੇ ਸ਼ੈੱਲ ਪਹੁੰਚ ਗਏ ਨੇ ਤੇ ਨੇੜੇ ਸ਼ੈੱਲ ਕਿਹਨੇ ਪਹੁੰਚਾਏ? ਅਜਿਹੇ ਲੋਕਾਂ ਦਾ ਇੱਕ ਹੀ ਮਕਸਦ ਹੈ ਵੀ ਡੀਸਟੇਬਲਾਈਜ਼ ਕੀਤਾ ਜਾਏ, ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਏ। ਜੇ ਪੰਜਾਬ ਦੇ ਵਿੱਚ ਨਿਕਲਣ ਵਾਲੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਨਿਸ਼ਾਨਾ ਬਣਾ ਕੇ ਜਾਂ ਉਹਨੂੰ ਉਹਦਾ ਨਾਂ ਲੈ ਕੇ ਇਸ ਤਰੀਕੇ ਦੀਆਂ ਧਮਕੀਆਂ ਦਿੱਤੀਆਂ ਜਾਣ ਜਾਂ ਲੋਕਾਂ ਦੇ ਵਿੱਚ ਇੱਕ ਡਰ ਜਾਂ ਸਹਿਮ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਏ, ਇਹ ਸੀਰੀਅਸ ਹੈ। ਪੰਜਾਬ ਦੇ ਵਿੱਚ ਪੰਨੂ ਤਾਂ ਕੁਛ ਕਰੇ ਜਾਂ ਨਾ ਕਰੇ, ਲੇਕਿਨ ਕਿਸੇ ਨੇ ਵੀ ਕੁਛ ਕਰਤਾ ਤਾਂ ਫਿਰ ਇੱਕ ਵਾਰ ਫਿਰ ਇੱਕ ਬਹੁਤ ਵੱਡੀ ਸਥਿਤੀ ਇੱਥੇ ਬਣ ਜਾਣੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰੀ ਰਿਹਾਇਸ਼ ਤੋਂ ਚੰਡੀਗੜ੍ਹ ਵਿਖੇ ਥੋੜੀ ਦੂਰ ਹੀ ਇੱਕ ਲਾਈਵ ਸ਼ੈੱਲ ਮਿਲਦਾ ਹੈ। ਲਾਈਵ ਸ਼ੈੱਲ ਮਿਲਣ ਤੋਂ ਬਾਅਦ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਇੱਕ ਵੀਡੀਓ ਰਿਲੀਜ਼ ਕਰਦੇ ਨੇ ਜਿਸ ਦੇ ਅੰਦਰ ਉਹ ਉਸਦੀ ਜ਼ਿੰਮੇਵਾਰੀ ਚੱਕਦੇ ਨੇ ਤੇ ਨਾਲ ਦੀ ਨਾਲ ਇਹ ਵੀ ਧਮਕੀ ਦਿੰਦੇ ਨੇ ਵੀ ਭਾਰਤ ਜੋੜੋ ਯਾਤਰਾ ਜਿਹੜੀ ਦੇਸ਼ ਭਰ ਵਿੱਚ ਰਾਹੁਲ ਗਾਂਧੀ ਵੱਲੋਂ ਕੀਤੀ ਜਾ ਰਹੀ ਹੈ, ਜਦੋਂ ਪੰਜਾਬ ਐਂਟਰ ਹੋਊਗੀ ਉਹ ਸੋਚ ਸਮਝ ਕੇ ਐਂਟਰ ਕਰਨ, ਜੇ ਉਹ ਐਂਟਰ ਕਰਦੇ ਹੈ ਤੇ ਉਹਨਾਂ ਦੇ ਖਿਲਾਫ ਕੋਈ ਇੱਕ ਵੱਡੀ ਐਕਸ਼ਨ ਉਹ ਕਰ ਸਕਦੇ ਹੈਗੇ, ਉਹਨੇ ਜਥੇਬੰਦੀ ਕਰ ਸਕਦੀ ਹੈਗੀ। ਇਸ ਤਰ੍ਹਾਂ ਦੀ ਉਹਨਾਂ ਨੇ ਧਮਕੀ ਦਿੱਤੀ ਹੈ ਤੇ ਨਾਲ ਦੀ ਉਹਨਾਂ ਨੇ ਕਿਹਾ ਵੀ ਅਸੀਂ ਇੰਨੇ ਸਰਗਰਮ ਹੋ ਗਏ ਹਾਂ ਪੰਜਾਬ ਦੇ ਅੰਦਰ ਕਿ ਅਸੀਂ ਮੁੱਖ ਮੰਤਰੀ ਦੇ ਘਰ ਤੋਂ ਥੋੜੀ ਦੂਰ ਹੀ ਇੱਕ ਲਾਈਵ ਸ਼ੈੱਲ ਰੱਖਣ 'ਚ ਕਾਮਯਾਬ ਹਾਂ ਤੇ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਵੱਡੀ ਕਾਰਵਾਈਆਂ ਜਾਂ ਘਟਨਾਵਾਂ ਨੂੰ ਅੰਜਾਮ ਦੇ ਸਕਦੇ ਹਾਂ। ਅੱਜ ਇਸ ਪ੍ਰੋਗਰਾਮ ਦੇ ਅੰਦਰ ਇਸ ਵਿਸ਼ੇ ਉੱਤੇ ਗੱਲਬਾਤ ਕਰਾਂਗੇ। ਮੈਂ ਹਾਂ ਤੁਹਾਡਾ ਹੋਸਟ ਸ਼ੁਭਕਰਮਨ ਸਿੰਘ ਧਾਲੀਵਾਲ, ਮੇਰੇ ਨਾਲ ਰਿਤੇਸ਼ ਲੱਖੀ ਜੀ। ਰਿਤੇਸ਼ ਜੀ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸ਼ੁਭਕਰਮਨ ਜੀ। ਰਿਤੇਸ਼ ਜੀ, ਹਾਲ ਹੀ ਵਿੱਚ ਨਵੀਂ ਜਿਹੜੀ ਗੱਲ ਹੈਗੀ ਆਈ ਹੈ ਵੀ ਲਾਈਵ ਸ਼ੈੱਲ ਜਿਹੜਾ ਮਿਲਦਾ ਹੈ ਸੀਐਮ ਦੇ ਹੈਲੀਪੈਡ ਤੋਂ ਥੋੜੀ ਦੂਰ ਜਾਂ ਘਰ ਤੋਂ ਥੋੜੀ ਦੂਰ ਹੀ, ਉਸਦੀ ਜ਼ਿੰਮੇਵਾਰੀ ਗੁਰਪਤਵੰਤ ਵੱਲੋਂ ਇੱਕ ਵੀਡੀਓ ਨਸ਼ਰ ਕਰਕੇ ਲੈਂਦੇ ਨੇ। ਉਹ ਕਹਿੰਦੇ ਵੀ ਅਸੀਂ ਇਹ ਗੱਲ ਕਰਨ 'ਚ ਕਾਮਯਾਬ ਹੋਏ ਹਾਂ। ਤੁਹਾਨੂੰ ਉਹਨਾਂ ਦੇ ਦਾਅਵਿਆਂ 'ਚ ਇਸ ਗੱਲ 'ਚ ਕਿੰਨਾ ਦਮ ਲੱਗਦਾ? ਸ਼ੁਕਰ ਮੈਂ, ਜਿੱਥੇ ਤੱਕ ਗੁਰਪਤਵੰਤ ਪੰਨੂ ਦੀ ਗੱਲ ਹੈ, ਗੁਰਪਤਵੰਤ ਪੰਨੂ ਸਿੱਖਸ ਫਾਰ ਜਸਟਿਸ ਜਥੇਬੰਦੀ ਦੇ ਲੀਗਲ ਕਾਉਂਸਲਰ ਹੈਗੇ ਨੇ, ਕਾਉਂਸਲ ਹੈਗੇ ਨੇ ਤੇ ਉਹਨਾਂ ਦਾ ਅਜੇ ਤੱਕ ਦਾ ਜਿਹੜਾ ਟਰੈਕ ਰਿਕਾਰਡ ਰਿਹਾ ਹੈ, ਉਹਨਾਂ ਨੇ ਅਕਸਰ ਗੱਲਾਂ ਬਾਤਾਂ ਨੂੰ ਇੱਕ ਵਿਚਾਰਕ ਲੈਵਲ ਦੇ ਉੱਤੇ, ਸਿਧਾਂਤਕ ਲੈਵਲ ਦੇ ਉੱਤੇ ਹੀ ਕੀਤਾ ਹੈ ਤੇ ਲੀਗਲ ਟਰਮੀਨੋਲੋਜੀ ਦੇ ਵਿੱਚ ਹੀ ਗੱਲ ਕਰਦੇ ਰਹੇ ਨੇ। ਇੱਕ ਬੜਾ ਹੀ ਸੰਤੁਲਨ ਬੈਲੈਂਸ ਕੀਤਾ, ਜਦੋਂ ਵੀ ਉਹਨਾਂ ਨੇ ਗੱਲ ਕੀਤੀ ਰੈਫਰੈਂਡਮ ਦੀ, ਖਾਲਿਸਤਾਨ ਦੀ ਗੱਲ ਕੀਤੀ, ਉਹ ਅਕਸਰ ਇਸ ਚੀਜ਼ ਦੀ ਸ਼ਬਦਾਵਲੀ ਦੇ ਵਿੱਚ ਆਪਣਾ ਬੜਾ ਧਿਆਨ ਰੱਖਦੇ ਰਹੇ ਨੇ ਕਿ ਕਦੇ ਵੀ ਉਹ ਕੋਈ ਅਜਿਹੀ ਹਿੰਸਾ ਵਾਲੀ ਗੱਲ ਨਾ ਕਰਨ। ਲੇਕਿਨ ਆਹ ਜਿਹੜੇ ਪਿਛਲੇ 3 ਜਾਂ 4 ਉਹਨਾਂ ਦੀਆਂ ਸਟੇਟਮੈਂਟਸ ਆਈਆਂ ਨੇ, ਇਨਕਲੂਡਿੰਗ ਜਿਹੜੀ ਹੁਣ ਇੱਕ ਜਿਹੜਾ ਬੋਮਬ ਸ਼ੈੱਲ ਇਸਨੂੰ ਕਹਿ ਸਕਦੇ ਹਾਂ, ਜਾਂ ਇੱਕ ਅਜਿਹਾ ਸ਼ੈੱਲ ਜੋ ਕਿ ਪੁਰਾਣੇ ਐਮੀਨੀਸ਼ਨ ਜਿਹੜੇ ਕਿਸੇ ਸਮੇਂ ਰਹੇ ਹੋ ਸਕਦੇ ਆ, ਉਹਨਾਂ ਦੇ ਅਕਸਰ ਸਕ੍ਰੈਪ ਦੇ ਵਿੱਚ ਸ਼ੈੱਲ ਮਿਲਣ ਦੇ ਪੁਰਾਣੇ ਬਹੁਤ ਸੇ ਅਜਿਹੇ ਕੇਸਿਸ ਰਹੇ ਨੇ। ਸੋ ਅਜਿਹੇ ਸ਼ੈੱਲ ਅਕਸਰ ਮਿਲ ਜਾਇਆ ਕਰਦੇ ਨੇ, ਕਈ ਵਾਰ ਅਜਿਹੇ ਸ਼ੈੱਲ ਫਟ ਵੀ ਜਾਂਦੇ ਨੇ ਕਿਸੇ ਕਬਾੜੀ ਦੀ ਦੁਕਾਨ ਉੱਤੇ ਤੇ ਬਹੁਤ ਅਜਿਹੇ ਕੇਸਿਸ ਚੰਡੀਗੜ੍ਹ ਦੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਆਰਮੀ ਕੰਟੋਨਮੈਂਟ ਏਰੀਆ ਦੇ ਨਾਲ ਜੁੜੀ ਵਿਸਿਨਿਟੀਜ਼ ਵਿੱਚ ਰਹੇ ਨੇ। ਲੇਕਿਨ ਇਸ ਪਹਿਲਾਂ ਤਾਂ ਇਹ ਥੋੜਾ ਜਿਹਾ ਚਿੰਤਾਜਨਕ ਗੱਲ ਤਾਂ ਜ਼ਰੂਰ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਿਵਾਸ ਦੇ ਨੇੜੇ ਇਹ ਸ਼ੈੱਲ ਮਿਲਿਆ, ਕਿਉਂਕਿ ਕਿਹਾ ਜਾਂਦਾ ਕਿ ਨਯਾ ਗਾਓਂ ਹੈ, 3 ਕਿਲੋਮੀਟਰ ਕਰੋਜ਼ ਫਲਾਈ ਜਿਹੜਾ ਡਿਸਟੈਂਸ ਹੁੰਦਾ ਹੈ, ਉਸ ਤੋਂ ਜੇ ਆਪਾਂ ਉਸਨੂੰ ਨਾਪਦੇ ਹਾਂ ਤਾਂ 3 ਕਿਲੋਮੀਟਰ ਦੀ ਦੂਰੀ ਕਹੀ ਜਾ ਸਕਦੀ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਹੀ ਹਰਿਆਣਾ ਦੇ ਮੁੱਖ ਮੰਤਰੀ ਦਾ ਵੀ ਘਰ ਹੈ। ਸੋ 2 ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨੇੜੇ ਸ਼ੈੱਲ ਮਿਲਦਾ ਹੈ। ਹਾਲਾਂਕਿ ਇਸ ਸ਼ੈੱਲ ਦਾ ਮਿਲਣਾ ਆਪਣੇ ਆਪ ਦੇ ਵਿੱਚ ਕੋਈ ਵੱਡੀ ਗੱਲ ਨਹੀਂ, ਲੇਕਿਨ ਉਸ ਤੋਂ ਬਾਅਦ ਜਿਹੜਾ ਵੀਡੀਓ ਆ ਜਾਂਦਾ ਗੁਰਪਤਵੰਤ ਪੰਨੂ ਦਾ, ਜਿਸ ਵਿੱਚ ਕਿ ਉਹ ਬਹੁਤ ਹੀ ਉੱਲਰ ਉੱਲਰ ਕੇ ਇਸ ਚੀਜ਼ ਦੀ ਜ਼ਿੰਮੇਵਾਰੀ ਲੈ ਰਹੇ ਨੇ, ਹੁਣ ਉਹ ਕਹਿਣਾ ਕੀ ਚਾਹ ਰਹੇ ਨੇ ਇਹ ਸਪਸ਼ਟਤਾ ਦੇ ਨਾਲ ਨਹੀਂ ਕਲੀਅਰ ਹੋ ਪਾ ਰਿਹਾ, ਕਿਉਂਕਿ ਉਹ ਮਤਲਬ ਇੱਕ ਇੱਕ ਮਿਕਸ ਜਿਹਾ ਜਿਹੜਾ ਮੈਸੇਜ ਹੈ ਇਸ ਵੀਡੀਓ ਦੇ ਜ਼ਰੀਏ ਭੇਜਣ ਦੀ ਕੋਸ਼ਿਸ਼ ਕਰ ਰਹੇ ਨੇ। ਲੇਕਿਨ ਥੋੜੀ ਹੈਰਾਨੀ ਗੁਰਪਤਵੰਤ ਪੰਨੂ ਦੇ ਰੀਸੈਂਟ ਕੁਝ ਵੀਡੀਓਜ਼ ਤੇ ਇਸ ਵਾਸਤੇ ਹੋਈ ਹੈ ਕਿਉਂਕਿ ਇਸ ਦੇ ਵਿੱਚ ਉਹਨਾਂ ਨੇ ਜਿਹੜੀ ਸਾਬੋਟਾਜ ਦੀ ਗਤੀਵਿਧੀਆਂ ਨਾਲ ਜੁੜਿਆ ਹੋਇਆ ਆਰਮਸ, ਐਮੀਨੇਸ਼ਨ, ਕੋਈ ਐਕਸਪਲੋਸਿਵ ਹੈ, ਉਸ ਨੂੰ ਆਪਣੇ ਨਾਲ ਲਿੰਕ ਕੀਤਾ ਹੈ ਜਾਂ ਆਪਣੀ ਗਤੀਵਿਧੀਆਂ ਨੂੰ ਉਸਦੇ ਨਾਲ ਲਿੰਕ ਕੀਤਾ ਹੈ, ਜੋ ਕਿ ਉਹ ਪਹਿਲਾਂ ਕਦੇ ਕਰਿਆ ਨਹੀਂ ਸੀ ਕਰਦੇ। ਹੁਣ ਹੈਰਾਨੀ ਦੀ ਗੱਲ ਹੈ ਕਿ ਰੀਸੈਂਟਲੀ ਹੀ, ਮੇਰੇ ਖਿਆਲ 1.5-2 ਮਹੀਨਾ ਪਹਿਲਾਂ ਹੀ ਉਹ ਡਿਵੈਲਪਮੈਂਟ ਹੋਈ ਜਦੋਂ ਕਿ ਭਾਰਤ ਸਰਕਾਰ ਵੱਲੋਂ ਇੰਟਰਪੋਲ ਦੀ ਜਿਹੜੀ ਰੈੱਡ ਕਾਰਨਰ ਦੀ ਸੂਚੀ ਸੀ ਉਸ ਵਿੱਚ ਗੁਰਪਤਵੰਤ ਪੰਨੂ ਦਾ ਕੇਸ ਬਣਾ ਕੇ ਭੇਜਿਆ ਗਿਆ ਸੀਬੀਆਈ ਦੇ ਥਰੂ, ਲੇਕਿਨ ਇੰਟਰਪੋਲ ਨੇ ਉਸ ਨੂੰ ਰਿਜੈਕਟ ਕਰਤਾ। ਸੋ ਗੁਰਪਤਵੰਤ ਪੰਨੂ ਦਾ ਨਾਂ ਇੰਟਰਪੋਲ ਦੀ ਮੋਸਟ ਵਾਂਟਿਡ ਜਿਹੜੇ ਕ੍ਰਿਮੀਨਲਸ ਦੀ ਕੈਟੇਗਰੀ ਦੇ ਵਿੱਚ ਲੈਣ ਤੋਂ ਇੰਟਰਪੋਲ ਨੇ ਤਾਂ ਇਨਕਾਰ ਕਰਤਾ, ਲੇਕਿਨ ਗੁਰਪਤਵੰਤ ਪੰਨੂ ਉਸ ਐਕਸ਼ਨ ਤੋਂ ਬਾਅਦ ਜਾਂ ਕਹਿ ਲਈਏ ਵੀ ਉਸ ਸੂਚੀ ਦੇ ਵਿੱਚ ਰਿਜੈਕਸ਼ਨ ਹੋਣ ਤੋਂ ਬਾਅਦ ਲਗਾਤਾਰ ਇਸ ਤਰੀਕੇ ਦੇ ਸਟੇਟਮੈਂਟ ਦਿੰਦੇ ਹੋਏ ਨਜ਼ਰ ਆ। ਹਾਲਾਂਕਿ ਸਟੇਟਮੈਂਟ ਉਹਨਾਂ ਦੇ ਪਹਿਲਾਂ ਵੀ ਭੜਕਾਊ ਸੀ, ਜਾਂ ਸਟੇਟਮੈਂਟਾਂ ਦੇ ਵਿੱਚ ਪਹਿਲਾਂ ਵੀ ਇੰਝ ਲੱਗਦਾ ਸੀ ਕਿ ਉਹ ਜਿਵੇਂ ਰੈਬਲ ਰਾਊਜ਼ਰ ਦਾ ਕੰਮ ਕਰ ਰਹੇ ਨੇ, ਯੁਵਾਵਾਂ ਨੂੰ ਭੜਕਾ ਰਹੇ ਨੇ, ਤੁਸੀਂ ਖਾਲਿਸਤਾਨ ਦੇ
ਨਿਸ਼ਾਨ ਸਾਹਿਬ ਦਾ ਜਿਹੜਾ ਜਿਹੜੇ ਸਾਈਨਸ ਹੈਗੇ ਨੇ ਝੰਡੇ ਨੇ ਉਹਨਾਂ ਨੂੰ ਲਗਾ ਦਿਓ, ਦੀਵਾਰਾਂ ਉੱਤੇ ਗ੍ਰੈਫਿਟੀ ਦੇ ਨਾਲ ਖਾਲਿਸਤਾਨ ਜ਼ਿੰਦਾਬਾਦ, ਹਿੰਦੁਸਤਾਨ ਮੁਰਦਾਬਾਦ, ਥਾਣਿਆਂ ਦੇ ਬਾਹਰ, ਡੀਸੀ ਦਫ਼ਤਰਾਂ ਦੇ ਬਾਹਰ, ਸਰਕਾਰੀ ਅਦਾਰਿਆਂ ਦੇ ਬਾਹਰ ਦੀਵਾਰਾਂ ਦੇ ਉੱਤੇ ਇਸ ਤਰੀਕੇ ਦੀ ਗ੍ਰੈਫਿਟੀ ਲਾ ਦਿਓ, ਪੋਸਟਰ, ਝੰਡੇ, ਮੈਂ ਇੱਥੋਂ ਤੱਕ ਤਾਂ ਗੱਲਬਾਤ ਉਹਨਾਂ ਦੀ ਗੱਲ ਸਮਝ ਵਿੱਚ ਆਉਂਦੀ ਸੀ। ਲੇਕਿਨ ਆਹ ਜਿਹੜੇ ਹੁਣ ਆਰਮਸ ਐਮਿਊਨੀਸ਼ਨ ਦੇ ਨਾਲ ਜਾਂ ਇਸ ਸ਼ੈਲ ਦੇ ਨਾਲ ਜਿਵੇਂ ਤਸਵੀਰਾਂ ਵਿਖਾ ਵਿਖਾ ਕੇ, ਆਪਾਂ ਆਡੀਓ ਤਾਂ ਨਹੀਂ ਇਸ ਮੈਸੇਜ ਦੀ ਚਲਾਉਣਾ ਚਾਹਾਂਗੇ, ਲੇਕਿਨ ਆਪਾਂ ਚਾਹਾਂਗੇ ਕਿ ਇਸ ਵੀਡੀਓ ਦੇ ਵਿੱਚ ਆਪਾਂ ਦਿਖਾਈਏ ਵੀ ਗੁਰਪਤਪੰਥ ਪੰਨੂ ਵੱਲੋਂ ਹੀ ਇਹ ਜਿਹੜਾ ਵੀਡੀਓ ਜਾਰੀ ਕੀਤਾ ਗਿਆ ਹੈ, ਖੁਦ ਉਹਨਾਂ ਦੇ ਨਾਲ ਸਪੀਚ ਹੈ। ਹਾਲਾਂਕਿ ਦੂਸਰੇ ਪਾਸੇ ਉਹ ਇੱਕ ਮੁਕਤਸਰ ਦੇ SSP ਦਫ਼ਤਰ ਦੇ ਬਾਹਰ ਉਹੀ ਆਪਣੇ ਪੁਰਾਣੇ ਸਟਾਈਲ ਦੇ ਵਿੱਚ ਕਾਲੇ ਰੰਗ ਦੇ ਕਾਲਕ ਦੇ ਨਾਲ ਜਿਹੜਾ ਮੁਰਦਾਬਾਦ ਦੇ ਨਾਰੇ ਲਿਖੇ ਗਏ ਨੇ ਉਹਨਾਂ ਦਾ ਜ਼ਿਕਰ ਵੀ ਕਰ ਰਹੇ ਨੇ, ਜੋ ਕਿ ਉਹਨਾਂ ਦਾ ਇੱਕ ਸਟੈਂਡਰਡ ਟ੍ਰੇਡਮਾਰਕ ਜਿਹੜਾ ਤਰੀਕਾ ਹੈਗਾ। ਇਸੇ ਲਈ ਹੀ SFJ ਮਸ਼ਹੂਰ ਹੈ, ਗੁਰਪਤਪੰਥ ਪੰਨੂ ਇਹੀ ਕੰਮ ਕਰ ਕਰਕੇ ਚਰਚਾਵਾਂ ਤੇ ਸੁਰਖੀਆਂ ਦੇ ਵਿੱਚ ਆਏ ਨੇ। ਲੇਕਿਨ ਹੁਣ ਇਸ ਕ੍ਰਿਟੀਕਲ ਐਕਸਪਲੋਸਿਵ ਦੇ ਨਾਲ ਆਪਣੇ ਆਪ ਨੂੰ ਲਿੰਕ ਕਰਕੇ ਪੰਨੂ ਕੀ ਸਾਬਤ ਕਰਨਾ ਚਾਹੁੰਦੇ ਨੇ, ਕੀ ਉਹ ਮਤਲਬ ਐਕਸਪੈਕਟ ਕਰ ਰਹੇ ਨੇ, ਇਹ ਸਮਝ ਤੋਂ ਪਰੇ ਹੈ ਮੇਰੇ। ਤੇ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ, ਚੰਡੀਗੜ੍ਹ ਚ ਆਮ ਤੌਰ ਤੇ ਬਹੁਤ ਵਾਰੀ ਇਹ ਹੋਇਆ ਵੀ ਉੱਥੋਂ ਸ਼ੈਲਸ ਮਿਲਦੇ ਰਹਿੰਦੇ, ਪੁਰਾਣੇ ਮੋਟਾਰ ਸ਼ੈਲਸ ਮਿਲਦੇ ਰਹੇ ਨੇ, ਤੇ ਬਹੁਤ ਵਾਰੀ ਉੱਥੇ ਆਰਮੀ ਨੂੰ ਬੁਲਾਇਆ ਜਾਂਦਾ ਡਿਫਿਊਜ਼ ਕਰਨ ਵਾਸਤੇ। ਕੀ ਇਹ ਉਹਦੇ ਵਿੱਚੋਂ ਹੀ ਇੱਕ ਆਰਡੀਨਰੀ ਇੰਸੀਡੈਂਟ ਹੈ, ਉਸੀ ਕੜੀ ਚ ਦਾ ਪਾਰਟ ਹੈ ਵੀ ਵੱਖਰੇ ਵੱਖਰੇ ਥਾਵਾਂ ਤੇ ਸ਼ੈਲਸ ਮਿਲਦੇ ਨੇ, ਜਸਟ ਉਹ ਹੁਣ CM ਦੇ ਰੈਜੀਡੈਂਸ ਦੇ ਨੇੜੇ ਮਿਲਿਆ ਇਸ ਕਰਕੇ ਉਹ ਬਹੁਤ ਜ਼ਿਆਦਾ ਹਾਈਲਾਈਟ ਚ ਆ ਗਿਆ ਹੈਗਾ, ਕਿ ਇਸ ਦੇ ਪਿੱਛੇ ਜੈਨੂਇਨਲੀ ਕੋਈ ਸ਼ਰਾਰਤ ਹੈ, ਕੋਈ ਇਹਦੇ ਚ ਡਿਜ਼ਾਈਨ ਹੈ ਇਹਦੇ ਪਿੱਛੇ? ਦੇਖੋ ਜੀ, ਇਸ ਪੰਜਾਬ ਦਾ ਜੋ ਮਾਹੌਲ ਚੱਲਦਾ ਪਿਆ ਇਸ ਦੇ ਪੱਖੋਂ, ਅਜੇ ਗੱਲਬਾਤ ਕਰਨੀ ਥੋੜੀ ਜਿਹੀ ਪ੍ਰੀਮੈਚੁਰ ਹੋਏਗੀ, ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਗੱਲਾਂ ਥੋੜੀਆਂ ਉਹਦੇ ਮਾਇਨੇ ਬਦਲ ਜਾਂਦੇ ਨੇ। ਇਹ ਮੈਂ ਇਸ ਵਾਸਤੇ ਤੁਹਾਨੂੰ ਕਹਿ ਰਿਹਾ ਕਿਉਂਕਿ ਅੱਜ ਤੋਂ ਕਈ ਮਹੀਨੇ ਪਹਿਲਾਂ, ਕਈ ਸਾਲ ਤੱਕ ਇਸ ਤਰੀਕੇ ਦੇ ਸ਼ੈਲ ਮਿਲਣਾ ਇੱਕ ਬੜੀ ਆਮ ਜੀ ਗੱਲ ਹੈ। ਕਬਾੜੀਆਂ ਦੀ ਦੁਕਾਨਾਂ ਤੇ ਉਹ ਬਾਹਰ ਤੋਂ ਸਕ੍ਰੈਪ ਮਿਲ ਜਾਂਦਾ ਹੈ, ਤੇ ਉਹਨੂੰ ਕੋਈ ਐਡੀ ਵੱਡੀ ਜਥੇਬੰਦੀ ਹੈ ਜਿਹੜੀ ਸਿੱਖਸ ਫਾਰ ਜਸਟਿਸ ਦੁਨੀਆ ਭਰ ਦੇ ਵਿੱਚ ਖਾਲਿਸਤਾਨ ਦੇ ਨਾਂ ਦੇ ਉੱਤੇ ਉਹਨਾਂ ਨੇ ਰੈਫਰੈਂਡਮ ਜਿਹੜੇ ਕਰਵਾ ਰਹੇ ਹੈਗੇ ਨੇ, ਜੇ ਉਹ ਉਸ ਚੀਜ਼ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰਨ, ਇਹ ਆਪਣੇ ਆਪ ਦੇ ਵਿੱਚ ਥੋੜਾ ਜਿਹਾ ਹੈਰਾਨੀ ਵਾਲੀ ਗੱਲ ਵੀ ਹੈ ਤੇ ਥੋੜਾ ਹਾਸੋਹੀਣਾ। ਇਸ ਵਾਸਤੇ ਮੈਂ ਇਸਨੂੰ ਕਹਾਂਗਾ ਕਿਉਂਕਿ ਚੰਡੀਗੜ੍ਹ ਪੁਲਿਸ ਨੇ ਇੱਕ ਪ੍ਰੈਸ ਰਿਲੀਜ਼ ਹੁਣ ਤੋਂ ਥੋੜੀ ਦੇਰ ਪਹਿਲਾਂ ਜਾਰੀ ਕਰਤਾ ਹੈ, ਸਪਸ਼ਟ ਗੱਲ ਕਰਤੀ ਗਈ ਹੈ ਉਹਨਾਂ ਨੇ ਇਸ ਚੀਜ਼ ਦੇ ਬਾਰੇ, ਇਹ ਕਲੈਰੀਫਾਈ ਕਰਤਾ ਹੈ ਕਿ ਇਹਦੇ ਵਿੱਚ ਕੋਈ ਟੈਰਰ ਐਂਗਲ ਨਜ਼ਰ ਨਹੀਂ ਆ ਰਿਹਾ ਜਿਸ ਤਰੀਕੇ ਦਾ ਦਾਵਾ ਗੁਰਪਤਪੰਥ ਨੂੰ ਕਰ ਰਹੇ ਹੈਗੇ ਨੇ, ਜਾਂ ਇਸ ਨੂੰ ਪੱਖਵਾਦ ਦੇ ਨਾਲ ਜੋੜ ਕੇ ਇਸ ਸ਼ੈਲ ਦੇ ਮਿਲਣ ਦੀ ਘਟਨਾ ਨੂੰ ਉਹਨਾਂ ਨੇ ਦਰਸਾਇਆ ਹੈ ਆਪਣੇ ਵੀਡੀਓ ਦੇ ਵਿੱਚ। ਇਸ ਤਰੀਕੇ ਦੀ ਕੋਈ ਘਟਨਾ ਸਾਹਮਣੇ ਨਹੀਂ ਹੈ, ਚੰਡੀਗੜ੍ਹ ਪੁਲਿਸ ਨੇ ਇਹ ਦਾਵਾ ਕੀਤਾ ਹੈ। ਇਸ ਤੋਂ ਪਹਿਲਾਂ ਜਿਹੜੀ ਪੱਛਮੀ ਕਮਾਂਡ, ਵੈਸਟਰਨ ਕਮਾਂਡ ਹੈ, ਜੋ ਜਿਹਦਾ ਹੈੱਡਕੁਆਰਟਰ ਚੰਡੀਗੜ੍ਹ ਮੰਦਿਰ ਦੇ ਵਿੱਚ ਹੈ, ਉੱਥੋਂ ਆ ਕੇ ਜਿਹੜੀ ਇੱਕ ਬੰਬ ਡਿਸਪੋਜ਼ਲ ਸਕੁਆਡ ਹੈ ਤੇ ਉਸਦੇ ਜਿਹੜੇ ਸੀਨੀਅਰ ਅਧਿਕਾਰੀ, ਇਨਫੈਕਟ ਇੱਕ ਲੈਫਟੀਨੈਂਟ ਕਰਨਲ ਲੈਵਲ ਦੇ JS ਸੰਧੂ ਸ਼ਾਇਦ ਉਹਨਾਂ ਨਾਂ ਦੱਸਿਆ ਜਾਂਦਾ, ਉਹਨਾਂ ਦੀ ਟੀਮ ਨੇ ਆ ਕੇ ਇਸ ਨੂੰ ਜਿਹੜਾ ਡਿਸਪੋਜ਼ ਆਫ ਵੀ ਕੀਤਾ ਹੈ, ਨਿਰਸਤ ਜਿਸਨੂੰ ਕਹਿੰਦੇ ਕਰ ਦੇਣਾ ਇਸ ਐਕਸਪਲੋਜ਼ਿਵ ਨੂੰ। ਸੋ ਉਹਨਾਂ ਦੇ ਪੱਖੋਂ ਵੀ ਇਹ ਇੱਕ ਪੁਰਾਣਾ ਜਿਹੜਾ ਐਮੀਨੇਸ਼ਨ ਕਦੇ ਰਿਹਾ ਹੋਏਗਾ, ਉਹ ਕਿਤੋਂ ਹੁੰਦੇ ਹੋਇਆ ਕਬਾੜ ਦੇ ਰਸਤੇ ਉਹ ਕਿਵੇਂ ਇੱਥੇ ਲੈਂਡ ਕਰ ਜਾਂਦਾ ਹੈ। ਲੇਕਿਨ ਆਪਾਂ ਗੁਰਪਤਵੰਤ ਪੰਨੂ ਦੇ ਇਸ ਵੀਡੀਓ ਨੂੰ ਇੰਨੇ ਹਲਕੇ ਤਰੀਕੇ ਦੇ ਨਾਲ ਵੀ ਨਾ ਲਈਏ, ਕਿਉਂਕਿ ਇਸ ਨੂੰ ਆਪਾਂ ਨੂੰ ਥੋੜਾ ਜਿਹਾ ਸਮਝਣ ਦੀ ਇਸ ਵਾਸਤੇ ਲੋੜ ਹੈ ਕਿ ਗੁਰਪਤਵੰਤ ਪੰਨੂ ਪਹਿਲਾਂ ਤਾਂ ਕਲੇਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਜਿਹੜਾ ਸ਼ੈਲ ਹੈ ਕਿਤੇ ਨਾ ਕਿਤੇ ਮੁੱਖ ਮੰਤਰੀ ਦੇ ਘਰ ਦੇ ਵਿਸਿਨਿਟੀ ਦੇ ਵਿੱਚ ਇੱਕ ਸੋਚੇ ਸਮਝੇ ਮਨੋਰਥ ਹੇਠ ਪਹੁੰਚਿਆ ਹੈ। ਜਦਕਿ ਪੁਲਿਸ ਇਹ ਗੱਲ ਨਹੀਂ ਕਹਿ ਰਹੀ, ਚੰਡੀਗੜ੍ਹ ਪੁਲਿਸ ਇਹ ਕਹਿ ਰਹੀ ਕਿ ਟੈਰਰ ਐਂਗਲ ਨਹੀਂ ਹੈ, ਆਰਮੀ ਕਹਿ ਰਹੀ ਕਿ ਪੁਰਾਣਾ ਸ਼ੈਲ ਹੈ। ਆਪਾਂ ਸਾਰੇ ਜਾਣਦੇ ਹਾਂ, ਤੁਸੀਂ ਬੜੀ ਰਿਪੋਰਟਿੰਗ ਕੀਤੀ, ਤੁਸੀਂ ਵੀ ਇਹ ਚੀਜ਼ਾਂ ਨੂੰ ਮਹਿਸੂਸ ਕੀਤਾ ਹੈ, ਹਰ ਦੂਸਰੇ ਚੌਥੇ ਹਫਤੇ ਇਸ ਤਰੀਕੇ ਦੇ ਸ਼ੈਲ ਲੱਭਦੇ ਰਹਿੰਦੇ ਨੇ, 2-3 ਮਹੀਨੇ ਬਾਅਦ ਕੋਈ ਖਬਰ ਆ ਜਾਂਦੀ ਹੈ। ਸੋ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ, ਲੇਕਿਨ ਜੇ ਗੁਰਪਤਵੰਤ ਪੰਨੂ ਕਹਿ ਰਹੇ ਨੇ। ਸੈਕਿੰਡਲੀ, ਜਿਹੜਾ ਦੂਸਰਾ ਸੀਰੀਅਸ ਡਾਇਮੈਂਸ਼ਨ ਇਸ ਵਾਸਤੇ ਆਪਾਂ ਇਹ ਚਰਚਾ ਵੀ ਸ਼ਾਇਦ ਇਸ ਵਾਸਤੇ ਕਰ ਰਹੇ, ਨਾਰਮਲੀ ਆਪਾਂ ਅਜਿਹੀਆਂ ਚਰਚਾ ਸ਼ਾਇਦ ਨਾ ਵੀ ਕਰਦੇ, ਲੇਕਿਨ ਕਿਉਂਕਿ ਪੰਜਾਬ ਦੇ ਵਿੱਚ ਹੁਣ ਰਾਕੇਟ ਲਾਂਚਰਾਂ ਦੇ ਨਾਲ ਪੁਲਿਸ ਥਾਣੇ ਦੇ ਉੱਤੇ ਹਮਲੇ ਸ਼ੁਰੂ ਹੋਏ ਨੇ। ਆਪਾਂ ਇੰਟੈਲੀਜੈਂਸ ਹੈੱਡਕੁਆਰਟਰ ਦੀ ਬਿਲਡਿੰਗ ਉੱਤੇ 9 ਮਈ ਦਾ ਹਮਲਾ ਦੇਖਿਆ 22 ਦਾ, ਉਸ ਤੋਂ ਬਾਅਦ ਆਪਾਂ ਤਰਨ ਤਾਰਨ ਦੇ ਸਰਹਾਲੀ ਪੁਲਿਸ ਸਟੇਸ਼ਨ ਉੱਤੇ ਦੇਖਿਆ, ਤੇ ਉਸ ਤੋਂ ਬਾਅਦ ਕੁਛ ਹਫਤੇ ਪਹਿਲਾਂ ਹੀ ਇੱਕ ਲਾਈਵ ਲੋਡਿਡ ਜਿਹੜਾ ਸੀਗਾ ਰਾਕੇਟ ਲਾਂਚਰ, ਠੀਕ ਉਸੇ ਤਰਜ਼ ਦੇ ਉੱਤੇ ਜਿਵੇਂ ਸਰਹਾਲੀ ਜਾਂ ਮੋਹਾਲੀ ਇੰਟੈਲੀਜੈਂਸ ਹੈੱਡਕੁਆਰਟਰ ਦੇ ਉੱਤੇ ਹਮਲਿਆਂ ਵਿੱਚ ਵਰਤੇ ਗਏ ਰਾਕੇਟ ਲਾਂਚਰ RPG ਇਕਵਿਪਮੈਂਟ ਸੀ, ਉਹ ਇਹਨਾਂ ਲੋਡਿਡ ਇੱਕ ਹੋਰ ਜਿਹੜਾ ਰਾਕੇਟ ਲਾਂਚਰ ਮਿਲਦਾ ਹੈ। ਸੋ ਇਹ ਜੇ ਆਪਾਂ ਚੀਜ਼ਾਂ ਨੂੰ ਸੀਰੀਜ਼ ਨੂੰ ਜੋੜ ਕੇ ਵੇਖੀਏ, ਤੇ ਮੇਰੀ ਜਿਹੜੀ ਜਾਣਕਾਰੀ ਹੈ ਉਸ ਜਾਣਕਾਰੀ ਦੇ ਮੁਤਾਬਕ ਕਈ ਜਿਹੜੇ ਕ੍ਰਿਮੀਨਲਸ ਨੇ, ਖਾਸ ਕਰਕੇ ਲਖਵੀਰ ਸਿੰਘ ਲੰਡਾ ਹਰੀਕੇ ਵਰਗੇ ਕ੍ਰਿਮੀਨਲਸ, ਉਹਨਾਂ ਤੱਕ ਪਹੁੰਚ ਕੀਤੀ ਗਈ ਹੈ ਜਾਂ ਉਹਨਾਂ ਦੇ ਨਾਲ ਇੱਕ ਜਿਹੜਾ ਕੰਬੀਨੇਸ਼ਨ ਜਾਂ ਉਹਨਾਂ ਦੇ ਨਾਲ ਕੋਈ ਸੰਪਰਕ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਹੋਈਆਂ ਨੇ, ਤੇ ਸ਼ਾਇਦ ਇਸ ਲੋਕ ਸੰਪਰਕ ਦੇ ਵਿੱਚ ਹੈਗੇ ਨੇ ਆਪਸ ਦੇ ਵਿੱਚ, ਜਿਸਦੇ ਚੱਲਦਿਆਂ ਕਿ ਸੈਬੋਟਾਜ ਐਕਟੀਵਿਟੀਜ਼ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕੀਤੀਆਂ ਜਾਣ, ਤੇ ਉਹ ਉਹ ਕਰਾਉਣ ਲਈ ਉਹਦੇ ਪਿੱਛੇ ਕੌਣ ਹੈ। ਹੁਣ ਇਹ ਤਾਂ ਗੱਲ SFJ ਦੀ ਅੱਜ ਗੁਰਪਤਵੰਤ ਪੰਨੂ ਦੇ ਇਸ ਵੀਡੀਓ ਦੇ ਵਿੱਚ ਨਜ਼ਰ ਹੀ ਆ ਰਹੀ ਹੈ, ਜੇ ਖੁਦ ਗੁਰਪਤਵੰਤ ਪੰਨੂ ਵੀਡੀਓ 'ਚ ਖੜੇ ਹੋ ਕੇ ਕਹਿ ਰਿਹਾ ਹੈਗਾ ਕਿ ਮੈਂ ਇਸ ਚੀਜ਼ ਦੀ ਜ਼ਿੰਮੇਵਾਰੀ ਇੱਕ ਤਰੀਕੇ ਦੇ ਨਾਲ ਉਹ ਲੈ ਰਹੇ ਨੇ। ਦੇਖੋ ਜੀ, ਮੁੱਖ ਮੰਤਰੀ ਦੇ
ਕਿਹੜੇ ਉਹਦੇ ਪਿੱਛੇ ਦੇਸ਼ ਵਿਰੋਧੀ ਅਨਸਰ ਨੇ ਜੋ ਕੰਮ ਕਰ ਰਹੇ ਹੈਗੇ ਨੇ, ਇਹ ਤਾਂ ਹੁਣ ਗੁਰਪਤਵੰਤ ਪੰਨੂ ਨੂੰ ਸਮਝਾਉਣ ਦੇ ਨਾਲ ਥੋੜਾ ਕਲੈਰੀਫਾਈ ਇਸ ਚੀਜ਼ ਨੂੰ ਵੀ ਕਰਦੇ, ਲੇਕਿਨ ਉਹਨਾਂ ਨੇ ਆਪਣੇ ਅੰਦਾਜ਼ ਦੇ ਵਿੱਚ ਇਸ ਗੱਲਬਾਤ ਨੂੰ ਅੱਧੀ ਦੂਰੀ ਕਰਕੇ ਵਿੱਚ ਛੱਡਤਾ ਹੈ। ਗੈਸ ਵਰਗ ਦੇ ਉੱਤੇ ਜ਼ਿਆਦਾ ਚੀਜ਼ਾਂ ਛੱਡਤੀਆਂ ਗਈਆਂ ਨੇ ਤੇ ਕਿਤੇ ਨਾ ਕਿਤੇ ਇਸ ਚੀਜ਼ ਨੂੰ ਉਹਨਾਂ ਵੀ ਕੀਤਾ। ਇੱਕ ਧਮਕੀ ਵੀ ਦਿੱਤੀ ਉਹਨਾਂ ਨੇ, ਕਿਹਾ ਵੀ ਰਾਹੁਲ ਗਾਂਧੀ ਨੇ ਹੁਣੀ ਹੁਣੀ ਭਾਰਤ ਜੋੜੋ ਯਾਤਰਾ ਕਰ ਰਿਹਾ ਸਾਰੇ ਦੇਸ਼ ਦੇ ਅੰਦਰ, ਉਹ ਕਹਿੰਦੇ ਵੀ ਪੰਜਾਬ ਐਂਟਰ ਹੋਣਾ, ਸੋ ਸਮਝ ਕੇ ਐਂਟਰ ਹੋਣ, ਕੁਛ ਵੀ ਹੋ ਸਕਦਾ। ਇਸ ਤਰ੍ਹਾਂ ਦਾ ਉਹਨਾਂ ਨੇ ਧਮਕੀ ਸਿੱਧੇ ਤੌਰ ਤੇ ਕਾਂਗਰਸ ਦੇ ਜਿਹੜੇ ਲੀਡਰ ਨੇਗੇ ਰਾਹੁਲ ਗਾਂਧੀ ਨੂੰ ਦਿੱਤੀ ਹੈ। ਇਸ ਤੋਂ ਬਾਅਦ ਰਾਜਾ ਵੜਿੰਗ ਦਾ ਵੀ ਬਿਆਨ ਆਉਂਦਾ, ਉਹ ਕਹਿੰਦੇ ਆ ਵੀ $1,00,000 ਦਾ ਇਨਾਮ ਦਊਂਗਾ ਮੈਂ ਜਿਹੜਾ ਵੀ ਵਿਅਕਤੀ ਚਿੱਤਰਾਂ ਦਾ ਹਾਰ ਗੁਰਪਤਵੰਤ ਪੰਨੂ ਦੇ ਗਲ ਚ ਪਾਊਗਾ। ਇਸ ਤਰ੍ਹਾਂ ਦਾ ਉਹਨਾਂ ਵੱਲੋਂ ਬਿਆਨ ਆਉਂਦਾ ਹੈਗਾ। ਕੀ ਇਹ ਬਾਤ ਸਪੈਸੀਫਿਕਲੀ ਕਾਂਗਰਸ ਨੂੰ ਟਾਰਗੇਟ ਕਰਕੇ ਭਾਰਤ ਜੋੜੋ ਯਾਤਰਾ ਨੂੰ ਦੇਖਦੇ ਹੋਏ ਕੀਤਾ ਜਾ ਰਿਹਾ? ਦੇਖੋ ਜੀ, ਭਾਰਤ ਜੋੜੋ ਯਾਤਰਾ ਦੀ ਤਾਂ ਸਭ ਤੋਂ ਜ਼ਿਆਦਾ ਤਕਲੀਫ਼ ਮੈਨੂੰ ਲੱਗਦਾ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹੋਏਗੀ, ਜਾਂ ਫਿਰ ਅਮਿਤ ਸ਼ਾਹ ਸਾਹਿਬ ਨੂੰ ਹੋ ਸਕਦੀ ਹੈ, ਜੇਪੀ ਨੱਡਾ ਸਾਹਿਬ ਨੂੰ ਹੋ ਸਕਦੀ ਹੈ, ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਹੋ ਸਕਦੀ ਹੈ। ਸੋ ਭਾਰਤ ਜੋੜੋ ਯਾਤਰਾ ਤਾਂ ਕਈਆਂ ਦੀ ਰੜਕ ਦਾ ਕਾਰਨ ਹੈ, ਲੇਕਿਨ ਉਸੀ ਬਹਿਦੀ ਗੰਗਾ ਦੇ ਵਿੱਚ ਜੇ ਗੁਰਪਤ ਪੰਨੂ ਵੀ ਆਪਣੇ ਹੱਥ ਧੋਣਾ ਚਾਹ ਰਹੇ ਨੇ, ਤੇ ਇਹ ਦੇਖੋ ਹੈ ਤਾਂ ਮਾਹੌਲ ਖਰਾਬ ਕਰਨ ਦੀ ਹੀ ਗੱਲਬਾਤ, ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਕਿ ਭਾਰਤ ਜੋੜੋ ਯਾਤਰਾ ਪੰਜਾਬ ਦੇ ਵਿੱਚ ਜਦੋਂ ਉਹਨੇ ਲੰਘਦਾ ਹੈ, ਰਾਹੁਲ ਗਾਂਧੀ ਆਉਂਦੇ ਨੇ, ਸਾਡੀ ਸਿਕਿਉਰਿਟੀ ਏਜੰਸੀ ਦੀ ਇੱਕ ਚੁਣੌਤੀ ਬਣ ਜਾਂਦੀ ਹੈ। ਇੱਕ ਤਾਂ ਚਲੋ ਪਹਿਲਾਂ ਹੀ ਇੱਥੇ ਦੇਖੋ ਮਾਹੌਲ ਦੇ ਵਿੱਚ ਬਹੁਤ ਜ਼ਿਆਦਾ ਤਲਖੀ ਵੀ ਹੈ ਰਹੀ ਹੈ ਤੇ ਮਾਹੌਲ ਖਰਾਬ ਵੀ ਰਿਹਾ ਹੈ, ਜਿਹੜੀਆਂ ਵਾਰਦਾਤਾਂ ਸਿੱਧੂ ਮੂਸੇਵਾਲਾ ਦਾ ਕਤਲ, ਉਸ ਤੋਂ ਬਾਅਦ ਇੰਨੀਆਂ ਵਾਰਦਾਤਾਂ ਹੋ ਗਈਆਂ, ਰਾਕੇਟ ਲਾਂਚਰ ਦੇ ਨਾਲ ਹਮਲੇ ਹੋ ਰਹੇ ਨੇ, ਪੁਲਿਸ ਦੇ ਐਸਟੈਬਲਿਸ਼ਮੈਂਟ ਨੂੰ ਟਾਰਗੇਟ ਕੀਤਾ ਜਾ ਰਿਹਾ, ਪੁਲਿਸ ਅਫਸਰਾਂ ਦੇ ਉੱਤੇ ਬੰਬ ਲਾਏ ਜਾਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਸੋ ਇਹ ਸਾਰੇ ਦੇ ਸਾਰੇ ਅਨਸਰ ਕਿਤੇ ਨਾ ਕਿਤੇ ਬੈਕ ਐਂਡ ਦੇ ਉੱਤੇ ਗੁਰਪਤਵੰਤ ਪੰਨੂ ਹੋਣਾ ਦੇ ਨਾਲ ਲਿੰਕਡ ਹੋ ਸਕਦੇ ਨੇ, ਤੇ ਜੇ ਉਹ ਟੌਪ ਆਫ ਇਟ ਇਸ ਤਰੀਕੇ ਦੀ ਭਾਰਤ ਜੋੜੋ ਯਾਤਰਾ ਦੇ ਦੌਰਾਨ ਕੋਈ ਅਜਿਹੀ ਅਣਸੁਖਾਵੀ ਘਟਨਾ ਵਾਪਰ ਜਾਂਦੀ ਹੈ, ਉਹ ਵੀ ਪੰਜਾਬ ਦੇ ਵਿੱਚ ਵਾਪਰ ਜਾਂਦੀ ਹੈ, ਇਹਦਾ ਮਤਲਬ ਬੜਾ, ਇਹਦਾ ਮਾਇਨਾ ਬੜਾ ਗੰਭੀਰ ਹੈ, ਤੇ ਇਹ ਸਰਕਾਰ ਲਈ, ਆਪਣੀ ਭਗਵੰਤ ਮਾਨ ਸਰਕਾਰ ਲਈ ਬੜਾ ਵੱਡਾ ਚੈਲੰਜ ਹੈ, ਕਿਉਂਕਿ ਉਹਨਾਂ ਦੇ ਉੱਤੇ ਤਾਂ ਪਹਿਲੇ ਹੀ ਤੋਹਮਤ ਲੱਗਦੀ ਪਈ ਹੈ ਵੀ ਤੁਸੀਂ ਪੰਜਾਬ ਦੇ ਹਾਲਾਤ ਨੂੰ ਹੈਂਡਲ ਨਹੀਂ ਕਰ ਪਾ ਰਹੇ ਹੋ। ਸੋ ਹੁਣ ਦੇਖੋ ਰਾਹੁਲ ਗਾਂਧੀ ਕਿੰਨੇ ਖੁੱਲੇ ਸਾਊਥ ਤੋਂ ਤੁਰੇ ਹੋਏ ਨੇ, ਕਿੰਨੇ ਸਟੇਟਾਂ ਦੇ ਵਿੱਚੋਂ, ਹਰਿਆਣਾ ਦੇ ਵਿੱਚੋਂ ਗੁਜ਼ਰੇ ਨੇ, ਹੋਰ ਕਈ ਰਾਜਾਂ ਦੇ ਵਿੱਚੋਂ ਉਹਨਾਂ ਨੇ ਗੁਜ਼ਰੇ ਨੇ, ਤੇ ਤੁਰ ਰਹੇ ਨੇ, ਕੋਈ ਜ਼ਿਆਦਾ ਐਡੀ ਕੋਈ ਸਿਕਿਉਰਿਟੀ ਲਾਮ ਲਸ਼ਕਰ, ਠੀਕ ਹੈ ਉਹਨਾਂ ਦੀ ਆਪਣੀ ਡਿਟੇਲ ਹੈਗੀ ਹੈ, ਉਹਦੇ ਉਹਨਾਂ ਦੇ ਆਸ ਪਾਸ ਹੈ, ਲੇਕਿਨ ਕਿਸੇ ਵੀ ਮੁਲਕ ਦੇ ਵਿੱਚ, ਮੁਲਕ ਦੇ ਕਿਸੇ ਵੀ ਹਿੱਸੇ ਦੇ ਵਿੱਚ ਕੋਈ ਅਜਿਹੀ ਘਟਨਾ ਨਹੀਂ ਹੋਈ ਹੈ, ਲੇਕਿਨ ਗੁਰਪਤਵੰਤ ਪੰਨੂ ਜੇ ਧਮਕੀਆਂ ਦੇ ਰਹੇ ਨੇ, ਆਈ ਡੋਂਟ ਥਿੰਕ ਕਿ ਪੰਜਾਬ ਦੇ ਵਿੱਚ ਅਜਿਹੀ ਕੋਈ ਅਣਸੁਖਾਵੀ ਘਟਨਾ ਹੋਏਗੀ, ਲੇਕਿਨ ਅਜਿਹੇ ਲੋਕਾਂ ਦਾ ਇੱਕ ਹੀ ਮਕਸਦ ਹੈ ਵੀ ਡੀਸਟੇਬਲਾਈਜ਼ ਕੀਤਾ ਜਾਏ, ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਏ, ਦੇਸ਼ ਦਾ ਮਾਹੌਲ ਤਾਂ ਚਲੋ ਇਹਨਾਂ ਨੇ ਕੀ ਖਰਾਬ ਕਰਨਾ, ਲੇਕਿਨ ਅਜਿਹੀ ਕੋਈ ਘਟਨਾ ਜਾਂ ਹੁਣ ਆ ਛੋਟੀਆਂ ਛੋਟੀਆਂ ਗੱਲਾਂ ਬਾਤਾਂ ਸ਼ੈਲਾਂ ਦੇ ਨੂੰ ਫੋਟੋਆਂ ਦਿਖਾ ਕੇ, ਤਸਵੀਰਾਂ ਦਿਖਾ ਕੇ ਉਹਦੀ ਜ਼ਿੰਮੇਵਾਰੀ ਲੈਣਾ, ਮੈਂ ਇਹ ਤਾਂ ਨਹੀਂ ਕਹਿੰਦਾ ਕਿ ਇਹਦੇ ਪਿੱਛੇ ਲੋਕ ਨਹੀਂ ਹੈਗੇ ਨੇ, ਬੇਸ਼ੱਕ ਚੰਡੀਗੜ੍ਹ ਪੁਲਿਸ ਇਸ ਨੂੰ ਰੂਲ ਆਊਟ ਕਰ ਦੇ, ਲੇਕਿਨ ਮੈਂ ਤੁਹਾਨੂੰ ਕਿਹਾ ਕਿ ਜਿਵੇਂ ਸਰਹਾਲੀ ਦੇ ਵਿੱਚ ਰਾਕੇਟ ਲਾਂਚਰ ਹਮਲਾ ਹੋਇਆ, ਇੱਕ ਲੋਡਿਡ ਰਾਕੇਟ ਲਾਂਚਰ ਮਿਲਦਾ ਹੈ, ਇਸ ਤਰੀਕੇ ਦੇ ਸ਼ੈਲਸ ਦੇ ਜ਼ਰੀਏ ਇਹ ਲੋਕ ਉਸਦਾ ਜਿਹੜਾ ਕ੍ਰੈਡਿਟ ਬਟੋਰਨ ਦੀ ਖਾਤਰ ਇਹ ਬਿਆਨ ਦੇ ਰਹੇ ਨੇ, ਜਾਂ ਫਿਰ ਬਾਕੀ ਇਹਨਾਂ ਦੇ ਮਨਸੂਬੇ ਖਤਰਨਾਕ ਹੈਗੇ ਨੇ, ਮੈਨੂੰ ਲੱਗਦਾ ਨਹੀਂ ਕਿ ਇਹ ਲੋਕ ਐਕਚੁਅਲ ਦੇ ਵਿੱਚ ਅਜਿਹੀਆਂ ਕੋਈ ਹਿੰਸਕ ਵਾਰਦਾਤਾਂ ਕਰਵਾ ਸਕਦੇ ਨੇ ਜਾਂ ਕਰਵਾਉਣਗੇ, ਲੇਕਿਨ ਇਹ ਜ਼ਰੂਰ ਹੈ ਕਿ ਹਰ ਘਟਨਾ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਕਿਤੇ ਨਾ ਕਿਤੇ ਹੁਣ ਇਹਨਾਂ ਦੀ ਲੋਬੀਜ਼ ਹੋਣਗੀਆਂ ਆਪਣੀਆਂ, ਆਪਣੇ ਇਹਨਾਂ ਦੇ ਕੁਛ ਮਕਸਦ ਹੋਣਗੇ ਜਿਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ, ਕਿਉਂਕਿ ਅਜੇ ਤੱਕ ਤਾਂ ਝੰਡਿਆਂ ਤੇ ਜਿਹੜੀ ਗ੍ਰੈਫਿਟੀ ਜਾਂ ਪੋਸਟਾਂ ਦੇ ਵਿੱਚ ਛਾਪੇਮਾਰੀ ਦੇ ਜ਼ਰੀਏ ਇਸ ਜਿਹੜਾ ਮੈਸੇਜ ਦੇ ਵਿੱਚ ਵਾਰ ਵਾਰ ਸ਼ਬਦ ਛਾਪੇਮਾਰੀ ਹੀ ਵਰਤਿਆ ਗਿਆ, ਸੋ ਜ਼ਿਆਦਾਤਰ ਤਾਂ ਉਹ ਜਿਹੜੇ ਸ਼ਬਦਾਂ ਦੇ ਜ਼ਰੀਏ, ਗੱਲਾਂ ਬਾਤਾਂ ਦੇ ਜ਼ਰੀਏ, ਸਲੋਗਨ ਦੇ ਜ਼ਰੀਏ, ਨਾਰਿਆਂ ਦੇ ਜ਼ਰੀਏ ਜਿਹੜੀ ਲੜਾਈ ਲੜਨ ਦੀ ਕੋਸ਼ਿਸ਼ ਕਰ ਰਿਹਾ, ਉਹਦੇ ਲਈ ਤੁਹਾਨੂੰ ਸ਼ੈਲ ਦਿਖਾ ਕੇ ਕ੍ਰੈਡਿਟ ਲੈਣ ਦੀ ਲੋੜ ਕਿਉਂ ਮਹਿਸੂਸ ਹੋਈ ਹੈ, ਇਹ ਤਾਂ ਹੁਣ ਪੰਨੂ ਖੁਦ ਹੀ ਇਸ ਚੀਜ਼ ਦਾ ਜਵਾਬ ਬਿਹਤਰ ਦੇ ਸਕਦੇ ਸਨ ਜਾਂ ਦੇ ਸਕਦੇ ਨੇ, ਲੇਕਿਨ ਇਹ ਹੈ ਕਿ ਜੇ ਪੰਜਾਬ ਦੇ ਵਿੱਚ ਨਿਕਲਣ ਵਾਲੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਨਿਸ਼ਾਨਾ ਬਣਾ ਕੇ ਜਾਂ ਉਹਨੂੰ ਉਹਦਾ ਨਾਂ ਲੈ ਕੇ ਇਸ ਤਰੀਕੇ ਦੀਆਂ ਧਮਕੀਆਂ ਦਿੱਤੀਆਂ ਜਾਣ, ਜਾਂ ਲੋਕਾਂ ਦੇ ਵਿੱਚ ਇੱਕ ਡਰ ਜਾਂ ਸਹਿਮ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਏ, ਇਹ ਸੀਰੀਅਸ ਹੈ। ਪੰਜਾਬ ਦੇ ਵਿੱਚ ਪੰਨੂ ਤਾਂ ਕੁਛ ਕਰੇ ਜਾਂ ਨਾ ਕਰੇ, ਲੇਕਿਨ ਕਿਸੇ ਨੇ ਵੀ ਕੁਛ ਕਰਤਾ ਤਾਂ ਫਿਰ ਇੱਕ ਵਾਰ ਫਿਰ ਇੱਕ ਬਹੁਤ ਵੱਡੀ ਸਥਿਤੀ ਇੱਥੇ ਬਣ ਜਾਣੀ ਹੈ। ਤੇ ਆਪਾਂ ਪਹਿਲਾਂ ਹੀ ਦੇਖਿਆ ਕਿ ਫਿਰੋਜ਼ਪੁਰ ਦੇ ਪੁਲ ਦੇ ਉੱਤੇ ਪਿਛਲੇ ਸਾਲ ਦੇ ਸ਼ੁਰੂਆਤ ਦੇ ਵਿੱਚ ਪਹਿਲੇ ਹਫ਼ਤੇ ਪ੍ਰਧਾਨ ਮੰਤਰੀ ਦਾ ਕਾਫਲਾ, ਬੇਸ਼ੱਕ ਉਹ ਖੁਦ ਰੁਕ ਗਏ, ਕਾਫਲਾ ਆਪ ਹੀ ਰੁਕ ਗਿਆ, ਕਿਸਾਨ ਵੀ ਚਲੋ ਅੱਗੇ ਰਸਤੇ ਦੇ ਵਿੱਚ ਬੈਠੇ ਸਨ, ਉਹਨਾਂ ਨੇ ਰੂਟ ਦੂਸਰਾ ਲਿਆ ਜਾ ਸਕਦਾ ਸੀ, ਕੋਈ ਤਰੀਕਾ ਹੱਲ ਹੀਲਾ ਕੱਢਿਆ ਜਾ ਸਕਦਾ ਸੀ, ਲੇਕਿਨ ਉਸ ਗੱਲ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਕਿੱਡਾ ਜ਼ਿਆਦਾ ਭੰਡੀ ਪ੍ਰਚਾਰ ਹੋਇਆ, ਤੇ ਪੰਜਾਬ ਦੀ ਲਾਅ ਐਂਡ ਆਰਡਰ ਦੀ ਵਿਵਸਥਾ ਨੂੰ ਲੈ ਕੇ ਹਰ ਕਿਸੇ, ਚਲੋ ਕਿ ਸਿਆਸਤ ਇਲੈਕਸ਼ਨ ਸਾਹਮਣੇ ਸੀ, ਉਹ ਸਭ ਕੁਝ ਹੋਣਾ ਸੀ, ਲੇਕਿਨ ਫਿਰ ਵੀ ਸੂਬੇ ਲਈ ਚੰਗੀਆਂ ਅਣਸੁਖਾਵੀਆਂ ਗਤੀਵਿਧੀਆਂ ਨੇ, ਜਾਂ ਇਹ ਜਦੋਂ ਘਟਨਾਵਾਂ ਇਸ ਤਰੀਕੇ ਦੀ ਬਿਆਨਬਾਜ਼ੀ ਹੁੰਦੀ ਹੈ, ਵਿਚ ਇਜ਼ ਟੋਟਲੀ ਅਨਕਾਲਡ ਫੋਰ। ਜੀ, ਤਾਂ ਉਹਨਾਂ ਦਾ ਕੋਈ ਨੈਟਵਰਕ ਲੱਗਦਾ ਤੁਹਾਨੂੰ, ਗੁਰਪਤਵੰਤ ਪੰਨੂ ਦਾ ਪੰਜਾਬ ਚ ਇੰਨਾ ਨੈਟਵਰਕ ਹੋਵੇ ਵੀ ਉਹ ਇਸ ਤਰ੍ਹਾਂ ਦਾ ਸ਼ੈਲ ਖਾ ਸਕ,
ਦੇਖੋ ਜੀ, ਗੁਰਪਤਵੰਤ ਪੰਨੂ ਦਾ ਜ਼ਿਕਰ ਆਉਂਦਾ ਹੈ ਤੇ ਇਹਨਾਂ ਦੇ ਨਾਲ ਕਈ ਵਾਰ ਹਰਦੀਪ ਨਿੱਜਰ ਦਾ ਵੀ ਜ਼ਿਕਰ ਆਉਂਦਾ ਹੈ ਤੇ ਹਰਦੀਪ ਨਿੱਜਰ ਤੇ ਗੁਰਪਤਵੰਤ ਪੰਨੂ ਦੋਵੇਂ ਹੀ ਇੰਡੀਆ ਦੀ ਮੋਸਟ ਵਾਂਟਡ ਸੂਚੀ ਦੇ ਵਿੱਚ ਨੇ। ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ। ਬੇਸ਼ੱਕ ਦੋਵਾਂ ਦੇ ਹਲੇ ਤੱਕ ਜਿਹੜੇ ਰੈੱਡ ਕਾਰਨਰ ਨੋਟਿਸ ਨਹੀਂ ਨਿਕਲ ਪਾਏ ਨੇ, ਕਿਉਂਕਿ ਕਿਤੇ ਨਾ ਕਿਤੇ ਇੰਟਰਪੋਲ ਜਾਂ ਕੌਮਾਂਤਰੀ ਪੱਧਰ ਦੀ ਜਿਹੜੀਆਂ ਏਜੰਸੀਆਂ ਨੇ ਉਹ ਮੰਨਦੀਆਂ ਨਹੀਂ ਨੇ ਵੀ ਇਹ ਲੋਕ ਸਾਬੋਟਾਜ ਜਾਂ ਅੱਤਵਾਦੀ ਵਾਰਦਾਤਾਂ ਦੇ ਵਿੱਚ ਉਸ ਤਰੀਕੇ ਦੇ ਨਾਲ ਇਨਵੋਲਵ ਨੇ ਜਿਵੇਂ ਕਿ ਭਾਰਤ ਦੀ ਸਰਕਾਰ ਤੇ ਭਾਰਤ ਪੰਜਾਬ ਪੁਲਿਸ ਇਹਨਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕਰਦੀ ਰਹੀ ਹੈ। ਤੇ ਇਹ ਕੁਝ ਹੱਦ ਤੱਕ ਆਹ ਜਿਹੜੀਆਂ ਗਤੀਵਿਧੀਆਂ, ਮੈਨੂੰ ਕਦੇ ਕਈ ਵਾਰ ਹੈਰਾਨੀ ਇਹ ਵੀ ਹੁੰਦੀ ਹੈ ਵੀ ਇੰਟਰਪੋਲ ਤਾਂ ਤੁਹਾਨੂੰ ਇੱਕ ਕਲੀਨ ਚਿਟ ਇੱਕ ਤਰੀਕੇ ਦੀ ਗੁਰਪਤਵੰਤ ਪੰਨੂ ਨੂੰ ਉਹਨਾਂ ਨੇ ਦੇਤੀ, ਲੇਕਿਨ ਗੁਰਪਤਵੰਤ ਪੰਨੂ ਅਜਿਹੀਆਂ ਵੀਡੀਓ ਬਣਾ ਬਣਾ ਕੇ ਕੀ ਇੱਕ ਕਾਰਨ ਦੇ ਰਹੇ ਨੇ ਜਾਂ ਕਾਰਨ ਪੈਦਾ ਕਰ ਰਹੇ ਨੇ ਕਿ ਉਹਨਾਂ ਦਾ ਨਾਂ ਇਸ ਲਿਸਟ ਦੇ ਵਿੱਚੋਂ ਬਾਹਰ ਕਿਉਂ ਹੈ, ਕਿਤੇ ਨਾ ਕਿਤੇ ਰੈੱਡ ਕਾਰਨਰ ਲਿਸਟ ਦੇ ਵਿੱਚ ਉਹਨਾਂ ਦਾ ਨਾਂ ਆਉਂਦਾ ਕਿਉਂ ਨਹੀਂ ਪਿਆ। ਤੋ ਇੰਜੀ ਲੱਗ ਰਿਹਾ ਤੇ ਇਹ ਜਦ ਤੋਂ ਇੰਟਰਪੋਲ ਵਾਲਾ ਡਿਸੀਜਨ ਆਇਆ ਉਸ ਤੋਂ ਬਾਅਦ ਵੀ ਉਹਨਾਂ ਨੇ ਦੋ ਵੀਡੀਓ ਦੇਖੀਆਂ ਨੇ। ਮੈਨੂੰ ਵੀ ਹੈਰਾਨੀ, ਉਹਨਾਂ ਨੂੰ ਕੀ ਫਾਇਦਾ ਹੈ? ਉਹਨਾਂ ਨੂੰ ਉਹ ਕਿਉਂ ਚਾਹੁੰਦੇ ਆ, ਜਿਵੇਂ ਤੁਸੀਂ ਗੱਲ ਪੁੱਟ ਕਰ ਰਹੇ ਹੋ, ਫਿਰ ਉਹ ਕਿਉਂ ਚਾਹੁੰਦੇ ਵੀ ਲਿਸਟ 'ਚ ਨਾ ਹੋਵੇ ਇੰਟਰਪੋਲ, ਉਹਨਾਂ ਦੇ ਖਿਲਾਫ ਨੋਟਿਸ ਕੱਢੇ? ਨਹੀਂ, ਮੈਂ ਉਹੀ ਤਾਂ ਕਹਿ ਰਿਹਾ ਨਾ, ਕਿਉਂਕਿ ਅਜੇ ਤੱਕ ਤੇ ਤੁਸੀਂ ਉਹਨਾਂ ਦੇ ਪਿਛਲੇ 10-15 ਸਾਲ ਦੇ ਜਿੰਨੀ ਵੀ ਬਿਆਨਬਾਜ਼ੀ, ਜਿੰਨੀ ਦੇਰ ਤੋਂ ਐਕਟਿਵ ਨੇ 2015-16 ਤੋਂ ਬਾਅਦ ਤਾਂ ਉਹਨਾਂ ਦੇ ਜਿਹੜੇ ਬਿਆਨ ਤੇ ਉਹਨਾਂ ਨੂੰ ਦੇਖਣ ਦਾ ਜਿਹੜਾ ਭਾਰਤ ਸਰਕਾਰ ਤੇ ਏਜੰਸੀਆਂ ਦਾ ਰਵੱਈਆ ਉਹਦੇ ਵਿੱਚ ਬੜਾ ਫਰਕ ਆਇਆ ਹੈ। ਤੇ ਪਿਛਲੇ 6-7 ਸਾਲਾਂ ਦੇ ਵਿੱਚ ਜਿਹੜੇ ਉਹਨਾਂ ਦੇ ਬਿਆਨ ਰਹੇ ਨੇ ਉਹਨਾਂ ਦੇ ਵਿੱਚ ਇੱਕ ਕੇਅਰਫੁਲ ਜਿਹਾ ਬੈਲੈਂਸ ਹੈ। ਉਹਦੇ ਵਿੱਚੋਂ ਜਿਹੜੀ ਗੱਲ ਕਰ ਰਹੇ ਨੇ ਸਿਧਾਂਤਕ ਲੈਵਲ ਤੇ ਗੱਲ ਕਰ ਰਹੇ ਨੇ, ਰੈਫਰੈਂਡਮ ਦੀ ਗੱਲ ਕਰ ਰਹੇ ਨੇ, ਆਜ਼ਾਦੀ ਦੀ, ਖੁਦਮੁਖਤਿਆਰੀ ਦੀ, ਇਹ ਤਮਾਮ ਗੱਲਾਂ ਬਾਤਾਂ ਕਰ ਰਹੇ ਨੇ ਜੋ ਕਿ ਕਿਸੇ ਵੀ ਹੱਦ ਤੱਕ ਹਿੰਸਾ ਜਾਂ ਹਿੰਸਾ ਦੇ ਨੇੜੇ ਤੇੜੇ ਨਹੀਂ ਪਹੁੰਚਦੀ। ਸੋ ਇਹੀ ਕਾਰਨ ਹੈ ਕਿ ਉਹਨਾਂ ਨੂੰ ਇੰਟਰਨੈਟ ਜਿਹੜੀ ਇੰਟਰਪੋਲ ਹੈ ਉਸਨੇ ਇਹ ਮੰਨਿਆ ਵੀ ਹੈ ਵੀ ਜੇ ਸ਼ਖਸ ਕੋਈ ਗੱਲਾਂ ਬਾਤਾਂ ਕਰ ਰਿਹਾ, ਸਿਰਫ ਬਿਆਨਾਂ ਦੇ ਜ਼ਰੀਏ ਆਪਣੀ ਗੱਲ ਨੂੰ ਕਹਿ ਰਿਹਾ ਤਾਂ ਉਹਦੇ ਵਿੱਚ ਅੱਤਵਾਦੀ ਵਾਰਦਾਤ ਵਾਲੀ ਕੋਈ ਗੱਲ ਨਹੀਂ, ਲੇਕਿਨ ਉਹਨਾਂ ਦੇ ਖਿਲਾਫ ਇੱਕ ਤੋਂ ਬਾਅਦ ਇੱਕ ਕੇਸ ਬਾਕਾਇਦਾ ਪੰਜਾਬ ਦੇ ਵਿੱਚ ਰਜਿਸਟਰ ਹੋ ਰਹੇ ਨੇ। ਪੰਜਾਬ ਪੁਲਿਸ ਨੇ ਇੰਨੇ ਜਿਹੜੇ ਬੰਦਿਆਂ ਦੇ ਖਿਲਾਫ ਕੇਸ, ਆਹ ਹੁਣ ਜਿਹੜਾ ਲੇਟੈਸਟ ਹੈ ਅਗਸਤ ਸਤੰਬਰ ਦੇ ਮਹੀਨੇ ਦੇ ਵਿੱਚ ਉਹਨਾਂ ਦੇ ਖਿਲਾਫ ਇਹੀ ਜਿਹੜੀਆਂ ਧਮਕੀਆਂ ਉਹਨਾਂ ਨੇ ਭਗਵੰਤ ਮਾਨ ਨੂੰ ਦਿੱਤੀਆਂ, ਭਗਵੰਤ ਮਾਨ ਨੂੰ ਧਮਕਾਉਣ ਲਈ ਵੀ ਉਹਨਾਂ ਦੇ ਉੱਤੇ ਇੱਕ ਪਰਚਾ ਪੰਜਾਬ 'ਚ ਕੀਤਾ ਗਿਆ, ਫਿਰ ਮਨੋਹਰ ਲਾਲ ਖੱਟਰ ਨੂੰ ਧਮਕਾਉਣ ਦੇ ਵੀ ਉਹਨਾਂ ਦੇ ਖਿਲਾਫ ਜਿਹੜੇ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਨਾਟ ਰੀਕਾਲ ਐਗਜੈਕਟਲੀ ਉਹ ਕੇਸ ਰਜਿਸਟਰ ਹੋਏ ਨੇ। ਇਸ ਵੀਡੀਓ 'ਚ ਵੀ ਮਨੋਹਰ ਲਾਲ ਖੱਟਰ ਨੂੰ ਹਰਿਆਣਾ ਸੀਐਮ ਨੂੰ ਧਮਕੀ ਦਿੱਤੀ ਹੈ ਵੀ ਤੁਸੀਂ ਪੰਜਾਬ ਵੜਨ ਨਾ ਜਾਇਓ। ਜੀ ਬਿਲਕੁਲ, ਉਹਨਾਂ ਨੂੰ ਵੀ ਕਿਹਾ, ਮਨੋਹਰ ਲਾਲ ਖੱਟਰ ਨੂੰ ਇਹਨਾਂ ਨੇ ਧਮਕਾਇਆ। ਇਹਨਾਂ ਨੇ ਜਿਹੜੇ ਜੈ ਸਾਬਕਾ ਜਿਹੜੇ ਚੀਫ ਮਿਨਿਸਟਰ ਰਹੇ ਨੇ ਹਿਮਾਚਲ ਪ੍ਰਦੇਸ਼ ਦੇ, ਉਹਨਾਂ ਨੂੰ ਵੀ ਇਹਨਾਂ ਨੇ, ਜੈਰਾਮ ਹੋਣਾ ਨੂੰ ਵੀ ਧਮਕੀ ਦਿੱਤੀ, ਤੇ ਭਗਵੰਤ ਮਾਨ ਨੂੰ ਰੀਸੈਂਟਲੀ ਇਹਨਾਂ ਦੀ ਧਮਕੀ ਐਫ ਆਈ ਆਰ ਜਿਹੜੀ ਦਰਜ ਹੋਈ ਹੈ। ਸੋ ਇਸ ਤਰੀਕੇ ਦੀਆਂ ਜਿਹੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਲੇਕਿਨ ਆਹ ਜਿਹੜੇ ਹੁਣ ਸ਼ੈਲਸ ਦੇ ਨਾਲ ਜਾਂ ਐਕਸਪਲੋਸਿਵ ਦੇ ਨਾਲ ਐਮੂਨੀਸ਼ਨ ਦੇ ਨਾਲ ਜਦੋਂ ਤੁਸੀਂ ਆਪਣੇ ਆਪ ਨੂੰ ਰਿਲੇਟ ਕਰਨਾ ਸ਼ੁਰੂ ਕਰ ਦੋ, ਸੋ ਗੁਰਪਤਵੰਤ ਪੰਨੂ ਇਹਨਾਂ ਹਿੰਸਕ ਵਾਰਦਾਤਾਂ ਦੀ ਜ਼ਿੰਮੇਵਾਰੀ ਕਿਉਂ ਲੈ ਰਹੇ ਨੇ? ਹਿੰਸਾ ਦੇ ਨਾਲ ਉਹ ਆਪਣੇ ਆਪ ਨੂੰ ਜੋੜ ਕੇ ਜੋ ਕਿ ਉਹ ਪਹਿਲਾਂ ਉਸ ਤਰੀਕੇ ਦੇ ਨਾਲ ਨਹੀਂ ਜੋੜਿਆ ਕਰਦੇ ਸਨ। ਸੋ ਇਹ ਇੱਕ ਹੈਰਾਨ ਕਰ ਦੇਣ ਵਾਲੇ ਜਿਹੜੀਆਂ ਗੱਲਾਂ ਬਾਤਾਂ ਨੇ। ਸੋ ਇਹਦੇ ਲਈ ਤਾਂ ਹੁਣ ਹਾਂ, ਜਿੱਥੇ ਤੱਕ ਤੁਸੀਂ, ਤੁਹਾਡਾ ਇਹ ਸਵਾਲ ਬੜਾ ਇੰਪੋਰਟੈਂਟ ਹੈ ਕਿ ਇਹਨਾਂ ਕੋਲ ਐਡੀ ਸਮਰੱਥਾ ਹੈ, ਅਜਿਹੇ ਆਂਸਰ ਹੈਗੇ ਨੇ, ਇਹ ਇੱਕ ਲਾਜ਼ਮੀ ਕੁਐਸਚਨ ਹੈ। ਤੇ ਮੈਨੂੰ ਲੱਗਦਾ ਕਿ ਇਹਨਾਂ ਦੇ ਜ਼ਿਆਦਾਤਰ ਕਪੈਸਿਟੀ ਜਿਹੜੀ ਹੈਗੀ ਹੈ ਉਹ ਆਪਣੇ ਪੱਧਰ ਉੱਤੇ ਸ਼ਾਇਦ ਇਹ ਇਸ ਤਰੀਕੇ ਦੇ ਹਮਲਿਆਂ ਦੀ ਨਾ ਹੋਵੇ। ਇਹ ਪ੍ਰੋਫੈਸ਼ਨਲ ਪੇਸ਼ੇਵਰ ਕ੍ਰਿਮੀਨਲਸ ਗੈਂਗਸਟਰਸ ਦਾ ਹੀ ਸਹਾਰਾ ਲੈ ਕੇ, ਤੇ ਜਿਵੇਂ ਮੈਂ ਪਹਿਲਾਂ ਤੁਹਾਨੂੰ ਹੁਣ ਜ਼ਿਕਰ ਕੀਤਾ ਹੈ ਇਸ ਚਰਚਾ ਦੇ ਦੌਰਾਨ, ਲਖਬੀਰ ਸਿੰਘ ਲੰਡੇ ਹਰੀਕੇ ਵਰਗੇ ਗੈਂਗਸਟਰਾਂ ਦੇ ਨਾਲ ਸੰਪਰਕ ਜ਼ਰੂਰ ਇਹਨਾਂ ਨੇ ਵੱਲੋਂ ਕੀਤੇ ਗਏ ਨੇ, ਤੇ ਉਹਨਾਂ ਉਹ ਵਾਰਦਾਤਾਂ ਕਰਨ, ਜ਼ਿੰਮੇਵਾਰੀਆਂ ਕਬੂਲਣ, ਵਾਰਦਾਤਾਂ ਹੋਣ, ਪੰਜਾਬ ਦਾ ਮਾਹੌਲ ਵਿਗੜੇ, ਦੇਸ਼ ਦਾ ਮਾਹੌਲ ਵਿਗੜੇ, ਇਹ ਕੋਸ਼ਿਸ਼ਾਂ ਜ਼ਰੂਰ ਚੱਲਦੀਆਂ ਪਈਆਂ ਨੇ ਅੰਦਰ ਖਾਤੇ, ਲੇਕਿਨ ਖੁਦ ਆਪਣੇ ਪੱਧਰ ਉੱਤੇ ਕੁਝ ਕਰਾ ਦੇਣਗੇ ਇਹ ਇਹ ਗੱਲਬਾਤ ਮੰਨੀ ਬਹੁਤ ਹਜੇ ਤੱਕ ਤਾਂ ਮੈਨੂੰ ਲੱਗਦਾ ਨਹੀਂ ਗੱਲਬਾਤ ਮੰਨੀ ਜਾ ਸਕਦੀ ਹੈ। ਆ ਜਿਵੇਂ ਹੁਣ ਸ਼ੈਲ ਹੈ, ਹੁਣ ਸ਼ੈਲ ਨੂੰ ਸਰਕਾਰ ਕਹਿ ਰਹੀ ਹੈ, ਪੁਲਿਸ ਕਹਿ ਰਹੀ ਹੈ ਕਿ ਜੇ ਇਹ ਤਾਂ ਸਕ੍ਰੈਪ ਦੇ ਵਿੱਚੋਂ ਨਿਕਲਿਆ ਹੋਇਆ ਸ਼ੈਲ ਹੈ, ਲੇਕਿਨ ਤੁਸੀਂ ਕਹਿ ਰਹੇ ਹੋ ਨਹੀਂ ਜੀ, ਇਹਨੂੰ ਤਾਂ ਸੀਐਮ ਰੈਜ਼ੀਡੈਂਸ ਦੇ ਨੇੜੇ ਅਸੀਂ ਪਹੁੰਚਾਇਆ। ਸੋ ਕੌਣ ਸਹੀ ਹੈ ਕੌਣ ਗਲਤ ਹੈ ਇਹ ਤਾਂ ਹਲੇ ਇੰਨੀ ਛੇਤੀ ਕਿਹਾ ਨਹੀਂ ਜਾ ਸਕਦਾ, ਲੇਕਿਨ ਵਿਲ ਸਟਿਲ ਹੈਵ ਟੂ ਬੀ ਕੌਸ਼ੀਅਸ, ਕਿਉਂਕਿ ਜੋ ਮਾਹੌਲ ਪੰਜਾਬ ਦਾ ਹੈ ਉਸਦੇ ਵਿੱਚ ਕਿਸੇ ਵੀ ਗੱਲਬਾਤ ਨੂੰ ਈਵਨ ਸ਼ੈਲ ਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ। ਮੈਨੂੰ ਇਹ ਮੰਨ ਕੇ ਚੱਲਾਂਗਾ ਕਿ ਆਪਾਂ ਸ਼ੈਲ ਨੂੰ ਵੀ ਨਾ ਇਗਨੋਰ ਕਰੀਏ, ਈਵਨ ਦੈਟ ਨੀਡਸ ਟੂ ਬੀ ਟੇਕਨ ਸੀਰੀਅਸਲੀ। ਤੇ ਭਾਰਤ ਜੋੜੋ ਯਾਤਰਾ ਦੇ ਦੌਰਾਨ ਜਿਹੜੀਆਂ ਇਹ ਵਾਰਨਿੰਗਸ ਦਿੱਤੀਆਂ ਗਈਆਂ ਨੇ ਇਹ ਬੜੀਆਂ ਸੀਰੀਅਸ ਨੇ, ਦੇ ਨੀਡ ਟੂ ਬੀ ਟੇਕਨ ਵਿਦ ਅ ਲੋਟ ਆਫ ਸੀਰੀਅਸਨੈਸ। ਹੋਰ ਬਹੁਤ ਸ਼ਰਾਰਤੀ ਅੰਸਰ ਹੋ ਸਕਦੇ ਨੇ ਜੇ ਇਹ ਲੋਕ ਨਹੀਂ ਵੀ ਕਰਦੇ, ਹੋਰ ਲੋਕ ਇਹਨਾਂ ਦੀ ਆੜ ਦੇ ਵਿੱਚ। ਅੱਜ ਕੱਲ੍ਹ ਪੰਜਾਬ ਦੇ ਵਿੱਚ ਕ੍ਰੈਡਿਟ ਲੈਣ ਦੀ ਵੀ ਜਿਹੜੀ ਪੂਰੀ ਦੀ ਪੂਰੀ ਹੋੜ ਚੱਲਦੀ ਪਈ ਹੈ, ਵੀ ਵਾਰਦਾਤ ਭਾਵੇਂ ਕੋਈ ਕਰੇ ਵੀ ਉਸ ਵਾਰਦਾਤ ਦੀ ਜ਼ਿੰਮੇਵਾਰੀ ਲੈ ਕੇ ਆਪਣੀ ਜਥੇਬੰਦੀ ਨੂੰ ਉੱਚਾ ਕਰ ਲਿਆ ਜਾਵੇ, ਇਸ ਤਰੀਕੇ ਦੇ ਵੀ ਇੱਕ ਹੋੜ ਚੱਲਦੀ ਪਈ ਹੈ ਜੋ ਕਿ ਨੁਕਸਾਨ ਤਾਂ ਸਟੇਟ ਦਾ ਹੀ ਹੋ ਰਿਹਾ। ਜੀ ਬਹੁਤ ਬਹੁਤ ਧੰਨਵਾਦ ਰਿਤੇਸ਼ ਲੱਕੀ ਜੀ, ਇਹ ਸਾਰੀ ਗੱਲ ਉੱਤੇ ਵਿਸਥਾਰ ਚ ਦੱਸਣ ਵਾਸਤੇ, ਐਨਾਲਿਸਿਸ ਕਰਨ ਵਾਸਤੇ। ਬਹੁਤ ਬਹੁਤ ਧੰਨਵਾਦ। ਤਾਂ ਸੀਐਮ ਮੁੱਖ ਮੰਤਰੀ ਦੇ ਘਰ ਦੇ ਨੇੜਿਓਂ ਹੀ ਲਾਈਵ ਸ਼ੈਲ ਮਿਲਦਾ, ਸਕਿਉਰਿਟੀ ਬ੍ਰੀਚ ਤਾਂ ਹੈ ਹੀ ਹੈ, ਘੋਖਤਾ ਪੁਲਿਸ ਕਰ ਹੀ ਰਹੀ ਹੈ, ਪਰ ਟੈਰਰ ਐਂਗ